ਮਹਾਨ ਕੋਸ਼ ਨੂੰ ਛਾਪਣ ਤੇ 51000 ਰੁਪਏ ਖਰਚ ਆਇਆ ਜੋ ਉਸ ਸਮੇਂ ਪੌਣੇ 1.5 ਕਿਲੋ ਸੋਨੇ ਦੇ ਬਰਾਬਰ ਸੀ ਇਸ ਕੋਸ਼ ਵਿੱਚ ਭਾਈ ਕਾਨ ਸਿੰਘ ਨਾਭਾ ਨੇ ਆਪਣੀ ਸਾਰੀ ਉਮਰ ਦਾ ਗਿਆਨ ਲਿਖ ਦਿੱਤਾ ਹੈ ਜੋ ਹਰ ਇੱਕ ਪੰਜਾਬੀ ਦੇ ਘਰ ਵਿੱਚ ਹੋਣਾ ਲਾਜ਼ਮੀ ਹੈ ਇਹ 1912 ਨੂੰ ਲਿਖਣਾ ਸ਼ੁਰੂ ਕੀਤਾ ਤੇ 14 ਸਾਲਾਂ ਵਿੱਚ 1926 ਨੂੰ ਸੰਪੂਰਨ ਹੋਇਆ ਉਸ ਤੋਂ ਬਾਅਦ ਇਹ 4 ਸਾਲ ਬਿਨਾਂ ਛਪਾਈ ਤੋਂ ਪਿਆ ਰਿਹਾ ਤੇ 1930 ਵਿੱਚ ਇੰਨਾ ਵੱਡਾ ਖਰਚਾ ਪਟਿਆਲਾ ਸਰਕਾਰ ਨੇ ਚੱਕਿਆ ਇਸ ਵਿੱਚ 64263 ਲਫ਼ਜ਼ਾਂ ਦੇ ਅਰਥ ਹਨ ਪਾਵੇਂ ਉਹ ਲਫ਼ਜ਼ ਸਾਹਿਤ ਇਤਿਹਾਸ ਗਰਵਾਨੀ ਸੱਭਿਆਚਾਰ ਵਿਆਕਰਨ ਕਿਸੇ ਨਾਲ ਮਤਲਬ ਰੱਖਦਾ ਹੋਵੇ ਇਸ ਦਰਸ਼ਨ ਪ੍ਰੈਸ ਅੰਮ੍ਰਿਤਸਰ ਵੱਲੋਂ 3338 ਸਫਿਆਂ ਦੀਆਂ 4 ਜਲਤਾਂ ਵਿੱਚ ਛਪਿਆ ਇਸ ਦਾ ਮੁੱਲ ਲਾਗਤ ਮੁਤਾਬਕ 110 ਰੁਪਏ ਸੀ ਜੋ ਉਸ ਸਮੇਂ 6 ਤੋਲੇ ਸੋਨੇ ਦੇ ਬਰਾਬਰ ਸੀ ਜੋ ਆਮ ਗਾਹਕ ਲਈ ਬਹੁਤ ਮਹਿੰਗਾ ਸੀ ਇਹ ਮੁਸ਼ਕਲ ਹੱਲ ਕਰਨ ਲਈ ਭਾਸ਼ਾ ਵਿਭਾਗ ਪਟਿਆਲਾ ਨੇ 1960 ਚ ਨਵੇਂ ਢੰਗ ਨਾਲ ਸਿਪਾਈ ਕਰਕੇ ਇਸ ਨੂੰ ਇੱਕ ਜਲਤ ਦਾ ਰੂਪ ਦਿੱਤਾ ਇਸ ਦੇ ਅੰਤ ਚ ਨਵੇਂ ਬਾਦ ਜੋ ਭਾਈ ਸਾਹਿਬ ਨੇ ਆਪਣੀ ਉਮਰ ਦੇ ਆਖਰ ਵਿੱਚ ਲਿਖੇ ਜੋੜ ਦਿੱਤੇ ਗਏ